ਸਤਿ ਸ਼੍ਰੀ ਅਕਾਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦੇ ਨਤੀਜੇ ਐਲਾਨ ਦਿੱਤੇ ਹਨ ਹਰ ਸਾਲ ਦੀ ਤਰ੍ਹਾਂ ਪਲੇਵੇਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਮ ਰੋਸ਼ਨ ਕਰ ਦਿੱਤਾ ਸਕੂਲ ਦੇ ਲਗਭਗ 85 ਵਿਦਿਆਰਥੀਆਂ ਨੇ 90% ਤੋਂ ਵੱਧ ਨੰਬਰ ਹਾਸਲ ਕੀਤੇ ਹਨ ਇਸ ਵਿੱਚ 16 ਵਿਦਿਆਰਥੀਆਂ ਨੇ 95% ਤੋਂ ਵੱਧ ਨੰਬਰ ਲੈ ਕੇ ਸਕੂਲ ਦਾ ਮਾਨ ਵਧਾਇਆ ਹੈ ਸਕੂਲ ਦੇ ਡਾਇਰੈਕਟਰ ਰਾਜਦੀਪ ਸਿੰਘ ਨੇ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਅਸੀਂ ਹਮੇਸ਼ਾ ਆਪਣੇ ਮਿਹਨਤੀ ਬੱਚਿਆਂ ਤੇ ਮਾਣ ਮਹਿਸੂਸ ਕਰਦੇ ਹਾਂ ਹਾਟ ਨਿਊਜ਼ ਇੰਡੀਆ ਟੀਵੀ ਦੇ ਲਈ ਬਲਜੀਤ ਸਰਨਾ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪ੍ਰਭਜੋਤ ਕੌਰ ਹੈ ਅਤੇ ਮੈਂ ਪਲੇਵੇ ਸਕੂਲ ਦੀ ਸਟੂਡੈਂਟ ਹਾਂ ਮੇਰੇ ਪਰਸੈਂਟੇਜ 95.5 ਆਇਆ ਹੈ ਐਂਡ ਮੈਂ ਆਪਣੇ ਸਾਰੇ ਟੀਚਰਸ ਦਾ ਸਾਡੇ ਸਕੂਲ ਦੇ ਡਾਇਰੈਕਟਰ ਸਰ ਰਾਜਵੀ ਸਰ ਸਾਰੇ ਪੇਰੈਂਟਸ ਦਾ ਬਹੁਤ ਜ਼ਿਆਦਾ ਥੈਂਕ ਯੂ ਕਰਦੀ ਹਾਂ ਜੀ ਮਿਹਨਤ ਤਾਂ ਬਹੁਤ ਕਰਨੀ ਪੈਂਦੀ ਇਹ ਗੱਲ ਨਹੀਂ ਜੀ ਮਿਹਨਤ ਨਹੀਂ ਕਰਨੀ ਪੈਂਦੀ ਮਿਹਨਤ ਤੋਂ ਬਿਨਾਂ ਤਾਂ ਕੁਛ ਹਾਸਿਲ ਵੀ ਨਹੀਂ ਹੋ ਸਕਦਾ ਹੈਗਾ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸਾਡੇ ਸਕੂਲ ਦੇ ਡਾਇਰੈਕਟਰ ਸਰ ਰਾਜਵੀ ਸਰ ਨੂੰ ਮੇਨ ਕ੍ਰੈਡਿਟ ਉਸ ਤੋਂ ਬਾਅਦ ਟੀਚਰਸ ਜਿਨ੍ਹਾਂ ਨੇ ਬਹੁਤ ਮੋਟੀਵੇਟ ਕੀਤਾ ਸਪੋਰਟ ਕੀਤਾ ਅਤੇ ਪੇਰੈਂਟਸ ਵੀ ਹਰ ਇੱਕ ਮੂਮੈਂਟ 'ਤੇ ਕਦੇ ਵੀ ਜੇ ਕਦੇ ਲੱਗਦਾ ਸੀ ਕਿ ਨਹੀਂ ਹੋ ਨਹੀਂ ਪਾ ਰਿਹਾ ਹੈਗਾ ਉਹਨਾਂ ਨੇ ਵੀ ਬਹੁਤ ਸਪੋਰਟ ਕੀਤਾ ਮੇਰਾ ਡਰੀਮ ਮੈਨੇ ਹੁਣ ਨੋਨ ਮੈਡੀਕਲ ਰੱਖੀ ਹੋਈ ਹੈ ਅਤੇ ਮੇਰਾ ਡਰੀਮ ਆਈ ਆਈ ਟੀ ਇੰਜੀਨੀਅਰਿੰਗ ਕਰਨ ਦਾ ਹੈ ਮੈਸੇਜ ਇਹ ਦੇਣਾ ਚਾਹੂੰਗੀ ਕਿ ਆਪਣਾ ਹਾਰਡਵਰਕ ਕਰੋ ਕਰਦੇ ਰਹੋ ਔਰ ਕਦੇ ਵੀ ਡਿਸਹਾਰਟਨ ਨਾ ਹੋ ਆਪਣਾ ਵੱਧਦੇ ਰਹੋ ਅੱਗੇ ਸਟੈਪਸ ਲੈਂਦੇ ਰਹੋ ਕਦੇ ਨਾ ਕਦੇ ਕਾਮਯਾਬ ਜ਼ਰੂਰ ਹੋ ਜਾਓਗੇ ਤੁਸੀਂ ਮਿਹਨਤ ਦਾ ਕ੍ਰੈਡਿਟ ਦੱਸਿਆ ਟੀਚਰਸ ਨੂੰ ਹਾਂਜੀ ਮਦਰਸ ਨੂੰ ਫੈਮਿਲੀ ਨੂੰ ਹਰ ਵਾਰ ਹੁੰਦਾ ਕਿ ਜਿਹੜੇ ਨਾਲ ਦੇ ਫਰੈਂਡਸ ਹੁੰਦੇ ਨੇ ਕਿ ਉਹਨਾਂ ਦੇ ਵੱਲੋਂ ਵੀ ਮੋਟੀਵੇਟ ਤੁਹਾਨੂੰ ਕੀਤਾ ਗਿਆ ਮੋਟੀਵੇਟ ਕੀ ਸਟੱਡੀ ਦੇ ਵਿੱਚ ਤੁਹਾਡੀ ਹੈਲਪ ਕੀਤੀ ਜਾਂਦੀ ਹੈ ਕਿਉਂਕਿ ਬਹੁਤ ਜ਼ਿਆਦਾ ਸਮਾਂ ਉਹ ਤੁਹਾਡੇ ਨਾਲ ਰਹਿੰਦੇ ਇਹ ਗੱਲ ਮੈਂ ਮੰਨਦੀ ਹਾਂ ਕਿ ਫਰੈਂਡਸ ਬਟ ਕਈ ਵਾਰੀ ਹੁੰਦਾ ਮੋਟੀਵੇਟ ਹੁਣ ਕਰਨ ਵਾਲੇ ਹੁੰਦੇ ਬਟ ਕਈ ਵਾਰ ਡੀਮੋਟੀਵੇਟ ਕਰਨ ਵਾਲੇ ਵੀ ਹੁੰਦੇ ਆ ਤਾਂ ਫਰੈਂਡਸ ਨੂੰ ਕ੍ਰੈਡਿਟ ਸੌਰੀ ਬਟ ਮੈਂ ਨਹੀਂ ਦੇਣਾ ਚਾਹੂੰਗੀ ਫਰੈਂਡਸ ਜੇ ਆਪਣੇ ਥੋੜ੍ਹੇ ਸੀਨੀਅਰਸ ਹੋਣ ਤਾਂ ਉਹ ਜ਼ਿਆਦਾ ਬੈਟਰ ਰਹਿੰਦਾ ਹੈ ਮੇਰਾ ਸੁਜੈਸ਼ਨ ਹੈ ਕਿ ਸੀਨੀਅਰਸ ਨੂੰ ਤਾਂ ਫਰੈਂਡ ਬਣਾਓ ਮੇਰੇ ਲਈ ਬਹੁਤ ਬੈਨੀਫੀਸ਼ੀਅਲ ਰਿਹਾ ਹੋ ਸਕਦਾ ਤੁਹਾਡੇ ਲਈ ਹਾਂਜੀ ਕੀ ਨਾਮ ਹੈ ਮੈਂ ਚਹਲਪ੍ਰੀਤ ਸਿੰਘ ਹਾਂ ਮੈਂ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਦਾ ਸਟੂਡੈਂਟ ਹਾਂ ਮੈਂ ਇੱਥੇ ਟਿਲਸ ਨਰਸਰੀ ਲੈ ਕੇ ਹੁਣ ਰੈਗੂਲਰ ਹੈਗਾ ਨਾ ਅਤੇ ਨਾਲੇ ਮੈਂ 10 to 96.92% ਆਏ ਹਾਂ ਇਹ ਸਭ ਸਾਡੇ ਸਕੂਲ ਦੇ ਟੀਚਰਸ ਦਾ ਅਤੇ ਸਾਡੇ ਚੇਅਰਮੈਨ ਆ ਡਾਕਟਰ ਰਾਜੇਸ਼ ਫਰ ਦੀ ਮਿਹਨਤ ਪਹਿਲਾਂ ਲੜਕੀਆਂ ਜਿਹੜੀਆਂ ਨੇ ਇਸ ਵਿੱਚ ਬੁਲਾ ਰਹੀਆਂ ਸੀ ਫਸਟ ਆ ਰਹੀਆਂ ਸੀ ਪਲੱਸ ਟੂ ਦੀ ਗੱਲ ਕਰੀਏ ਪੰਜਾਬ ਦੇ ਵਿੱਚੋਂ ਲੜਕੀਆਂ ਦਾ ਨਾਮ ਸੀ ਪਰ ਹੁਣ ਦੇਖਿਆ ਅੱਜ 10ਵੀਂ ਦਾ ਰਿਜ਼ਲਟ ਆਇਆ ਤਾਂ ਲੜਕੇ ਬਾਜ਼ੀ ਮਾਰ ਰਹੇ ਨੇ ਹਾਂਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਕਿੰਨੀ ਕੁ ਮਿਹਨਤ ਕਰਨੀ ਪਈ ਆ ਅਤੇ ਹੋ ਸਕਦਾ ਤੁਸੀਂ ਹੋਰ ਮਿਹਨਤ ਕਰੋ ਕਿ ਅਗਲੀ ਵਾਰ ਤੁਸੀਂ ਲੜਕੀਆਂ ਤੋਂ ਅੱਗੇ ਆਓ ਹਾਂਜੀ ਇਸ ਵਾਰ ਮੇਰੇ ਸਿਰਫ ਇੱਕ ਨੰਬਰ ਰਹਿ ਗਿਆ ਅਤੇ ਮੈਂ ਟੋਪ ਕਰ ਦੇਣਾ ਸੀਗਾ ਪੂਰੇ ਸਟੇਟ ਵਿੱਚ ਮੇਰੇ ਇਸ ਵਾਰ ਹੈਗੇ ਨੇ 630 ਮਾਰਕਸ ਆਏ ਹੈ ਆਊਟ ਆਫ 650 ਵਿੱਚੋਂ ਮੇਰੇ ਬਸ 1 ਮਾਰਕ ਰਹਿ ਗਿਆ ਨਹੀਂ ਤਾਂ ਮੈਂ ਪੰਜਾਬ 'ਚ ਟੋਪ ਹੋ ਜਾਣਾ ਸੀ ਡ੍ਰੀਮ ਕੀ ਹੈ ਤੁਹਾਡਾ ਮੇਰਾ ਡ੍ਰੀਮ ਇੰਜੀਨੀਅਰਿੰਗ ਕਰਨਾ ਅਤੇ ਨਾ ਦੇ ਮੈਂ ਹੁਣ ਨੋਨ ਮੈਡੀਕਲ ਕਰ ਰਿਹਾ ਕੀ ਮੈਸੇਜ ਕੀ ਦੇਣਾ ਮੈਂ ਕਹਿੰਦਾ ਕਿ ਸਭ ਅੱਛੇ ਦਾ ਪੜਨ ਤੇ ਬਾਕੀ ਲੜਕੇ ਜਿਹੜੇ ਨੇ ਪਿੱਛੇ ਰਹਿ ਗਏ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਤੁਸੀਂ ਵੀ ਟੌਪ ਕੀਤਾ ਬਾਕੀ ਲੜਕੇ ਨੇ ਕਿਤੇ ਨਾਮ ਨਹੀਂ ਆਉਂਦਾ ਲੜਕਿਆਂ ਦਾ ਨਾਮ ਨਹੀਂ ਆ ਰਿਹਾ ਕੀ ਮੈਸੇਜ ਦੇਣਾ ਚਾਹੋਗੇ ਬਾਕੀ ਦੇ ਲੜਕਿਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈਸੈਲਫ ਡਾਕਟਰ ਰਾਜਦੀਪ ਸਿੰਘ ਚੇਅਰਮੈਨ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਮੈਨੂੰ ਤੁਹਾਡੇ ਸਾਰਿਆਂ ਨਾਲ ਬੜੀ ਖੁਸ਼ੀ ਹੈ ਗੱਲ ਸਾਂਝੀ ਕਰਦੇ ਹੋਏ ਕਿ ਜਿਹੜਾ 10th ਦਾ ਬੋਰਡ ਦਾ ਰਿਜ਼ਲਟ ਹੁਣੀ ਅੱਜ ਸਵੇਰੇ ਅਨਾਊਂਸ ਹੋਇਆ ਉਹਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਸੋਹਣੇ ਮਾਰਕਸ ਲਿੱਤੇ ਹੈ ਸਾਡੀ ਹਾਈਐਸਟ ਪਰਸੈਂਟੇਜ ਜਿਹੜੀ ਹੈ ਅਪਰੋਕਸੀਮੇਟ 97% ਹਾਈਐਸਟ ਗਈ ਹੈ ਉਸ ਤੋਂ ਵੀ ਜ਼ਿਆਦਾ ਖੁਸ਼ੀ ਹੈ ਕਿ 17-18 ਬੱਚਿਆਂ ਨੇ 95% ਤੋਂ ਅਬਵ ਔਰ 86 ਸਟੂਡੈਂਟਸ ਨੇ 90% ਤੋਂ ਅਬਵ ਮਾਰਕਸ ਲੈ ਕੇ ਆਪਣਾ ਆਪਣੇ ਮਾਂ ਬਾਪ ਦਾ ਆਪਣੇ ਟੀਚਰ ਦਾ ਸਕੂਲ ਦਾ ਸਭ ਦਾ ਨਾਮ ਰੋਸ਼ਨ ਕੀਤਾ 12ਵੀਂ ਦਾ ਵੀ ਸਾਡਾ ਰਿਜ਼ਲਟ ਬਹੁਤ ਮਾਵਲਸ ਸੀ ਹਰ ਸਾਲ ਦੀ ਤਰ੍ਹਾਂ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਬਹੁਤ ਅੱਛਾ ਰਿਜ਼ਲਟ ਕੱਢਦੇ ਹਾਂ ਬੜੀ ਦਰਮਿਆਨੀਆਂ ਫੀਸਾਂ ਦੇ ਵਿੱਚ ਅਸੀਂ ਇਹ ਸਕੂਲ ਚਲਾ ਰਹੇ ਹਾਂ ਔਰ ਉਸ ਤੋਂ ਬਾਅਦ ਇੰਨੇ ਅੱਛੇ ਰਿਜ਼ਲਟਸ ਨਿਕਲ ਰਹੇ ਹੈ ਮੈਂ ਇਹਦੀਆਂ ਮੁਬਾਰਕਾਂ ਇਹਨਾਂ ਸਾਰਿਆਂ ਬੱਚਿਆਂ ਨੂੰ ਸਟਾਫ ਮੈਂਬਰ ਨੂੰ ਇਹਨਾਂ ਦੇ ਪੇਰੈਂਟਸ ਨੂੰ ਔਰ ਇਹਨਾਂ ਦੀ ਆਪਣੀ ਜਿਹੜੀ ਮਿਹਨਤ ਹੈ ਉਹ ਜਿਹੜੀ ਰੰਗ ਲਿਆਈ ਹੈ ਦਿਨ ਰਾਤ ਦੀ ਮਿਹਨਤ ਉਹਦਾ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਸ਼ੁਕਰਗੁਜ਼ਾਰ ਹਾਂ ਔਰ ਇਸ ਤਰ੍ਹਾਂ ਦੇ ਰਿਜ਼ਲਟ ਹਰ ਸਾਲ ਬੱਚੇ ਕੱਢਦੇ ਰਹਿਣ ਥੈਂਕ ਯੂ ਸਰ ਦੇਖਿਆ ਗਿਆ ਪਿਛਲੀ ਵਾਰ 12ਵੀਂ ਜਮਾਤ ਦਾ ਜਦੋਂ ਰਿਜ਼ਲਟ ਆਇਆ 12ਵੀਂ ਦੀ ਗੱਲ ਕਰੀਏ ਤਾਂ ਲੜਕੀਆਂ ਨੇ ਬਾਜ਼ੀ ਮਾਰੀ ਸੀ ਪਰ ਅੱਜ ਇੱਥੇ ਲੜਕੇ ਵੀ ਮੌਜੂਦ ਨੇ ਲੜਕਿਆਂ ਨੇ ਵੀ ਬਾਜ਼ੀ ਮਾਰ ਲਈ ਹਾਂਜੀ ਇਹ ਵੀ ਇੱਕ ਅੱਛੀ ਗੱਲ ਹੈ ਜੀ ਕਿਉਂਕਿ ਮੋਸਟਲੀ ਅਸੀਂ ਪਿਛਲੇ ਕੁਝ ਟਾਈਮ ਤੋਂ ਦੇਖਦੇ ਆ ਰਹੇ ਹਾਂ ਕਿ ਗਰਲਸ ਜਿਹੜੀਆਂ ਹੈ ਉਹ ਟੌਪ ਕਰਦੀਆਂ ਨੇ ਬਟ ਇਸ ਵਾਰ ਬੜੀ ਪ੍ਰਾਊਡ ਮੂਮੈਂਟ ਹੈ ਕਿ ਬੋਇਜ਼ ਨੇ ਵੀ ਇਕੁਅਲੀ ਪਲੇਸ ਲਿੱਤੀ ਹੈ ਕਲੱਬ ਫੋਰ ਦੈਮ ਸਾਰੇ ਬੱਚੇ ਬਹੁਤ ਸੋਹਣੇ ਨੰਬਰ ਨਾਲ ਅਬਵ ਫਸਟ ਡਿਵੀਜ਼ਨ ਤੋਂ ਪਾਸ ਨੇ 86 ਬੱਚਿਆਂ ਨੇ ਤਾਂ 90% ਤੋਂ ਉੱਤੇ ਮਾਰਕਸ ਲਿੱਤੇ ਆ ਸਰ ਕਿੰਨੇ ਲੜਕੇ ਤੇ ਕਿੰਨੀ ਲੜਕੀਆਂ ਮੈਰਿਟ ਚਾਹੀਦੀ ਹੈ ਜੀ ਕੋਈ ਰੇਸ਼ੋ ਨਹੀਂ ਹੈ ਬਟ ਫਿਰ ਵੀ ਅਸੀਂ